3 ਸਤੰਬਰ ਨੂੰ UCPMA ਦੀਆਂ ਹੋਣ ਜਾ ਰਹੀਆਂ ਚੋਣਾਂ ਲਈ ਯੂਨਾਈਟਿਡ ਫਰੰਟ ਦੇ ਉਮੀਦਵਾਰਾਂ ਵੱਲੋਂ ਆਪਣੇ ਚੋਣ ਮੈਨੀਫੈਸਟੋ ਬਾਰੇ ਮੈਂਬਰਾਂ ਨੂੰ ਜਿੱਥੇ ਜਾਣਕਾਰੀ ਦਿੱਤੀ ਗਈ ਉੱਥੇ ਫਰੰਟ ਲਈ ਪ੍ਰਧਾਨਗੀ ਪਦ ਦੇ ਉਮੀਦਵਾਰ DS ਚਾਵਲਾ ਨੇ ਕਿਹਾ ਕਿ ਮੈਂ ਹਮੇਸ਼ਾ ਇਮਾਨਦਾਰੀ ਦੀ ਲੜਾਈ ਲੜਦਾ ਆਇਆ ਹਾਂ ਤੇ ਅੱਗੇ ਵੀ ਲੜਦਾ ਰਹਾਂਗਾ। ਚੋਣ ਮੈਨੀਫੈਸਟੋ ਬਾਰੇ ਦੱਸਦੇ ਹੋਏ ਉਨ੍ਹਾਂ ਕਿਹਾ ਕਿ ਉਹ ਆਪਣੀ ਟੀਮ ਦੇ ਨਾਲ ਮਿਲ ਕੇ ਰਾ ਮਟੀਰੀਅਲ ਦੀਆਂ ਕੀਮਤਾਂ ਨੂੰ ਲੈ ਕੇ ਹਰ ਤਰ੍ਹਾਂ ਦੀ ਲੜਾਈ ਲੜਨਗੇ ਅਤੇ ਸਟੀਲ ਰੈਗੂਲੇਟਰੀ ਕਮੇਟੀ ਬਣਵਾ ਕੇ ਰਹਿਣਗੇ। ਮੇਰੇ ਬਹੁਤ ਹੀ ਸਤਿਕਾਰਯੋਗ ਯੂਨਾਈਟਿਡ ਸਾਈਕਲ ਐਂਡ ਪਾਰਟ ਮੈਨੂਫੈਕਚਰ ਐਸੋਸੀਏਸ਼ਨ ਦੇ ਸੂਝਵਾਨ ਵੋਟਰੋ ਮੈਂਬਰ ਭਰਾਓ, ਸਭ ਤੋਂ ਪਹਿਲਾਂ ਤਾਂ ਮੈਂ ਤੁਹਾਡਾ ਧੰਨਵਾਦ ਕਰਨਾ ਚਾਹੁੰਦਾ ਹਾਂ ਜਿਨ੍ਹਾਂ ਨੇ ਨੋਮੀਨੇਸ਼ਨ ਤੋਂ ਪਹਿਲਾਂ ਬਹੁਤ ਹੌਸਲਾ ਦੇ ਕੇ ਸਾਡੀ ਟੀਮ ਨੂੰ ਖੜ੍ਹਾ ਕਰਵਾਇਆ। ਉਸ ਤੋਂ ਬਾਅਦ ਦੇ ਵਿੱਚ ਨੋਮੀਨੇਸ਼ਨ ਤੋਂ ਲੈ ਕੇ ਹੁਣ ਤੱਕ ਚਾਹੇ ਅਸੀਂ ਜਾਤੀ ਤੌਰ 'ਤੇ ਨਹੀਂ ਪਹੁੰਚੇ ਪਰ ਤੁਹਾਡੇ ਜੋਸ਼ ਕੋ ਕਮੀ ਨਹੀਂ ਆਈ, ਜਿਹਦੇ ਕਰਕੇ ਅੱਜ ਮੇਰਾ ਜੋਸ਼ ਵੱਧ ਰਿਹਾ ਤੁਹਾਨੂੰ ਦੇਖ ਕੇ, ਬਹੁਤ ਮੈਂ ਧੰਨਵਾਦ ਕਰਦਾ ਹਾਂ। ਨਾਲ ਹੀ ਇੱਕ ਮੀਟਿੰਗ ਪਹਿਲੀ ਦੂਸਰੀ ਅੱਜ ਮੀਟਿੰਗ ਦੇ ਵਿੱਚ ਮੈਂ ਦੇਖ ਰਿਹਾ ਕਿ ਜਿਸ ਤਰ੍ਹਾਂ ਤੁਸੀਂ ਹੁਮ ਆ ਕੇ ਆਏ ਹੋ ਸਾਡੇ ਕੋਲੋਂ ਸਪੇਸ ਘੱਟ ਰਹੀ ਹੈ। ਇਹ ਮੈਨੂੰ ਲੱਗ ਰਿਹਾ ਕਿ ਤੁਸੀਂ 3 ਤਰੀਕ ਦਾ ਨਤੀਜਾ ਹੁਣ ਦੇਣਾ ਸ਼ੁਰੂ ਕਰ ਦਿੱਤਾ ਵਾ। ਦੋਸਤੋ ਮੈਂ 2-3 ਬੇਨਤੀਆਂ ਕਰਦੀ ਹਾਂ ਜਿਹੜੀ ਮੈਂ ਅੱਜ ਸਟੇਜ 'ਤੇ ਵੀ ਕੀਤੀਆਂ ਨੇ ਕਿ ਅਸੀਂ ਕੋਈ ਵੀ ਨੋਨ ਪੋਲੀਟੀਕਲ ਹੀ ਐਸੋਸੀਏਸ਼ਨ ਨੂੰ ਅੱਗੇ ਲੈ ਕੇ ਜਾਵਾਂਗੇ, ਪੋਲੀਟੀਕਲ ਨਹੀਂ ਰਵਾਂਗੇ, ਵਾਇਲੈਂਟ ਨਹੀਂ ਹੋਣ ਦੇਵਾਂਗੇ ਨਾ ਐਸੋਸੀਏਸ਼ਨ ਨੂੰ ਨਾ ਆਪਣੀ ਟੀਮ ਨੂੰ, ਧੋਖਾ ਨਹੀਂ ਕਰਾਂਗੇ ਮੈਂਬਰਾਂ ਦੇ ਨਾਲ ਨਾ ਹੀ ਕਿਸੇ ਸੰਸਥਾ ਦੇ ਹੱਕ ਵਾਸਤੇ। ਤੀਜੀ ਗੱਲ ਮੈਂ ਬੇਨਤੀ ਕੀਤੀ ਹੈ ਕਿ ਜੋ ਅਸੀਂ ਪਿਛਲੇ ਸਾਲ ਕੰਮ ਕੀਤੇ ਨੇ 2 ਸਾਲਾਂ 'ਚ, ਚਾਹੇ ਉਹ ਕਰੋਨਾ ਦੇ ਟੀਕਾਕਰਨ ਕੈਂਪ ਸੀਗੇ, ਚਾਹੇ ਉਹ ਲਾਕਡਾਊਨ ਦੇ ਦੌਰਾਨ ਕਰਫਿਊ ਦੇ ਦੌਰਾਨ ਤੁਹਾਨੂੰ ਪੰਪ ਸੈਨੇਟਾਈਜ਼ਰ ਕੁਝ ਦੇਣਾ, ਮਾਸਕ ਲੈ ਕੇ ਦੇਣੇ ਲੱਖਾਂ ਦੀ ਤਾਦਾਦ ਦੇ ਵਿੱਚ, ਚਾਹੇ ਉਹ ਸਾਰੀਆਂ ਆਈਟਮਾਂ ਅਸੀਂ ਤੁਹਾਨੂੰ 25-30% 'ਤੇ ਵੀ ਦਿੱਤੀਆਂ। ਨਵਾਂ ਵਾਅਦਾ ਕੀ ਕਰਦੇ ਹਾਂ, ਵਾਅਦਾ ਨਹੀਂ ਵਿਸ਼ਵਾਸ ਦਿਲਾਉਂਦੇ ਹਾਂ ਕਿ ਆਉਣ ਵਾਲੇ ਸਮੇਂ ਦੇ ਵੀ ਸਾਨੂੰ ਮੌਕਾ ਦਿਓ। ਇਹ ਟੀਮ ਜਿਹੜੀ ਯੰਗ ਟੀਮ ਆਈ ਹੈ ਤੁਹਾਡੇ ਅੱਗੇ ਜਿਹਦੇ 'ਚ ਕੋਈ ਵੀ ਪ੍ਰੋਫੈਸ਼ਨਲ ਨਹੀਂ ਬਟ ਐਕਸਪੀਰੀਅੰਸ ਹੈਗਾ ਇੰਡਸਟਰੀ ਦੇ ਵੱਲੋਂ, ਉਹ ਅੱਗੇ ਨਹੀਂ ਸੀ ਆਉਂਦੇ ਕਦੀ ਵੀ, ਪਿੱਛੇ ਰਹਿ ਕੇ ਸੇਵਾ ਕਰਨੀ ਚਾਹੁੰਦੇ ਸੀ ਬਟ ਜੋ ਹਾਲਾਤ ਬਣ ਗਏ ਨੇ ਸੰਸਥਾ ਦੇ ਗੁੰਡਾਗਰਦੀ ਹੋਈ ਹੈ ਉਹਨੂੰ ਦੇਖ ਕੇ ਟੀਮ ਦੁਬਾਰਾ ਮੇਰੇ ਨਾਲ ਅੱਗੇ ਆਈ ਹੈ। ਅਸੀਂ ਵਾਅਦਾ ਦਿਲਾਉਂਦੇ ਹਾਂ ਕਿ ਅੱਗੇ ਤੋਂ ਵੀ ਕਿਸੇ ਤਰ੍ਹਾਂ ਦੀ ਕੋਈ ਮਟੀਰੀਅਲ ਦੀ ਸ਼ੋਰਟੇਜ ਹੋਏਗੀ ਅਸੀਂ ਐਸੋਸੀਏਸ਼ਨ ਲੈਵਲ 'ਤੇ ਉਹਨੂੰ ਬਲਕ ਪਰਚੇਸ ਕਰਕੇ ਮੈਂਬਰਾਂ ਤੱਕ ਪਹੁੰਚਾਵਾਂਗੇ। ਅਸੀਂ ਇੱਕ ਇੱਦਾਂ ਦਾ ਪੋਰਟਲ ਤਿਆਰ ਕਰਨ ਜਾ ਰਹੇ ਹਾਂ ਜਿਹਦੇ ਵਿੱਚ ਕੋਈ ਵੀ ਡਿਫਾਲਟਰ ਹੋਏਗਾ, ਵਪਾਰੀ ਹੋਏਗਾ ਇੰਡੀਆ ਦਾ, ਉਹਦਾ ਬਾਈ ਨੇਮ ਬਾਈਕਾਟ ਕਰਾਵਾਂਗੇ, ਐਸੋਸੀਏਸ਼ਨ ਦੇ ਪੋਰਟਲ 'ਤੇ ਪਾਵਾਂਗੇ ਕਿ ਇਸ ਵਪਾਰੀ ਨਾਲ ਡੀਲ ਨਾ ਕਰੋ। ਇੱਥੇ ਜੇ ਕੋਈ ਵੀ ਲੁਧਿਆਣੇ ਦਾ ਬਾਇਰ ਵੀ ਸਾਡੇ ਮੈਂਬਰਾਂ ਦੀ ਹੱਕ ਦੀ ਰਾਖੀ ਕਰਨ ਦੀ ਬਜਾਏ ਉਹਦੇ ਪੈਸੇ ਮਾਰਦਾ ਵਾ, ਅਸੀਂ ਉਹਨੂੰ ਵੀ ਉਸ ਪੋਰਟਲ 'ਤੇ ਚੜ੍ਹਾ ਕੇ ਦੇਵਾਂਗੇ ਬਲੈਕਲਿਸਟ ਕਰਕੇ। ਜੇ ਕੋਈ ਸਾਡਾ ਮੈਂਬਰਾਂ ਦੇ ਰੂਪ ਦੇ ਵਿੱਚ ਵੀ ਕੋਈ ਤੰਗ ਕਰੇਗਾ ਉਹਨੂੰ ਵੀ ਅਸੀਂ ਇੱਦਾਂ ਹੀ ਇਕੱਠੇ ਹੋ ਕੇ ਕਹਾਂਗੇ ਆ ਜਾਓ ਐਸੋਸੀਏਸ਼ਨ 'ਚ ਬੈਠੋ, 2 ਮੈਂਬਰਾਂ ਦਾ ਵੀ ਝਗੜਾ, ਸਪੈਸ਼ਲ ਕਮੇਟੀ ਬਣਾ ਕੇ ਝਗੜੇ ਦੀ ਨਿਤਾਰਾ ਕਰਾਂਗੇ, ਤਕੜੀ ਵਾਂਗੂ ਤੋੜ ਕੇ ਦਿਖਾਵਾਂਗੇ ਸੱਚਾਈ ਨੂੰ। ਦੋਸਤੋ ਐਸੋਸੀਏਸ਼ਨ ਦੇ ਵਿੱਚ ਵਰਕਿੰਗ ਕਮੇਟੀ ਜਿਹੜੀ ਪਿਛਲੇ ਸਾਲ ਲੇਟ ਕਰਕੇ ਮੇਰੇ 'ਤੇ ਕੋਈ ਇਲਜ਼ਾਮ ਲਗਾਉਣ ਦੀ ਕੋਸ਼ਿਸ਼ ਕਰਦੇ ਹੈ ਉਹ ਬੰਦਿਆਂ ਕਰਕੇ ਹੈ ਜਿਹੜੇ ਦੂਜੇ ਗਰੁੱਪਾਂ ਦੇ ਵਿੱਚੋਂ ਕੁਛ ਪੈਟੀਏ ਸੀਗੇ, ਉਹਨਾਂ ਨੇ ਆ ਕੇ ਸੰਸਥਾ ਨੂੰ ਬਦਨਾਮ ਕੀਤਾ, 2 ਸਾਲ ਮੈਨੂੰ ਕੰਮ ਨਹੀਂ ਕਰਨ ਦਿੱਤਾ। ਜਦੋਂ ਮੈਂ ਉਹਨਾਂ ਦੇ ਮਾੜੀਆਂ ਚੀਜ਼ਾਂ ਨੂੰ ਉਜਾਗਰ ਕਰਨਾ ਚਾਹਿਆ ਸਟੇਜ 'ਤੇ, ਅੱਜ ਦੇਖੋ ਕੰਟੈਸਟਿੰਗ ਕੈਂਡੀਡੇਟ ਤੁਹਾਡੇ ਸੈਂਟਰ 'ਤੇ ਬੈਠਾ, AGM ਦੇ ਵਿੱਚ ਮੌਜੂਦਾ ਪ੍ਰੈਜ਼ੀਡੈਂਟ ਸਾਈਡ 'ਤੇ ਬੈਠਾ ਸੀ, ਇਹ ਉਹਨਾਂ ਦੀ ਮੰਸ਼ਾ ਸੀ। ਜੇ ਕਾਤਲਾਨਾ ਹਮਲਾ ਕੀਤਾ ਇਹ ਮੇਰੇ ਮੈਂਬਰ ਸਾਹਿਬਾਨ ਜਿਨ੍ਹਾਂ ਦੇ ਆਸ਼ੀਰਵਾਦ ਸਦਕਾ ਅਤੇ ਗੁਰੂ ਦੀ, ਅੱਲਾਹ ਦੀ, ਮੇਰੇ ਧਰਮ ਦੀ, ਮੇਰੇ ਮਾਤਾ ਦੀ, ਸ਼ੇਰਾਂ ਵਾਲੀ ਮਾਤਾ ਦੀ ਮਿਹਰ ਕਰਕੇ ਅੱਜ ਮੈਂ ਤੁਹਾਡੇ ਸਾਹਮਣੇ ਬੈਠਾ ਵਾਂ। 10 ਦਿਨ ਮੈਨੂੰ ਬੈੱਡ 'ਤੇ ਰੱਖੇ ਹਾਂ, ਅੱਜ ਮੈਂ ਤੁਹਾਡੇ ਸਾਹਮਣੇ ਤੁਹਾਡੇ ਹੌਸਲੇ ਕਰਕੇ ਅਤੇ ਮੀਡੀਆ ਦੀ ਸੱਚਾਈ ਨੂੰ ਵਰਡ 'ਚ ਲਿਜਾਣ ਕਰਕੇ ਮੈਂ ਅੱਜ ਦੁਬਾਰਾ ਤੁਹਾਡੇ ਸਾਹਮਣੇ ਸਟੇਜ 'ਤੇ ਬੈਠਾ ਹਾਂ, ਜਿੱਥੇ ਮੈਂ ਸਭ ਦਾ ਧੰਨਵਾਦ ਕਰਦਾ, ਮੀਡੀਆ ਦਾ ਧੰਨਵਾਦ ਕਰਦਾ। ਅੱਗੇ ਗੱਲ ਆਈ ਮੇਰੀ ਐਸੋਸੀਏਸ਼ਨ ਦੇ ਵਾਸਤੇ, ਐਸੋਸੀਏਸ਼ਨ ਦੇ ਵਿੱਚ ਡਿਫਰੈਂਟ ਡਿਪਾਰਟਮੈਂਟ ਦੇ ਐਕਸਪਰਟਸ ਨੂੰ ਬਿਠਾ ਕੇ ਮੈਂਬਰਾਂ ਨੂੰ ਫ੍ਰੀ ਕੰਸਲਟੇਸ਼ਨ ਦਿੱਤੀ ਜਾਏਗੀ, ਜਦੋਂ ਉੱਥੇ ਨਹੀਂ ਵੀ ਬੈਠੇ ਤੁਸੀਂ ਪੋਰਟਲ 'ਤੇ ਆਪਣੇ ਬਾਰੇ ਉਹਨਾਂ ਨਾਲ ਫ੍ਰੀ ਡਿਸਕਸ਼ਨ ਕਰ ਸਕਦੇ ਹੋ। ਅਜੇ ਜਿਹੜਾ ਮੈਨੀਫੈਸਟੋ ਸਵੇਰੇ ਪ੍ਰੋਪਰ ਰਿਲੀਜ਼ ਕਰ ਗਏ ਹਾਂ ਉਹਨਾਂ 'ਚ ਅਸੀਂ ਆਫਿਸ ਬੈਰਰ ਨੇ ਖੜ੍ਹੇ ਹੋ ਕੇ ਕਸਮ ਖਾਧੀ ਹੈ ਕਿ ਟਾਈਮ ਬਾਉਂਡ ਤੁਹਾਡੇ ਕੰਮ ਕਰਾਂਗੇ,
ਜੇ ਅਸੀਂ ਕਿਤੇ ਵਿਫਲ ਹੁੰਦੇ ਨਜ਼ਰ ਆਏ ਤੇ 2 ਸਾਲ ਤੁਹਾਡੇ ਬਰਬਾਦ ਨਹੀਂ ਕਰਾਂਗੇ, ਅਸੀਂ ਬਾਹਰ ਆ ਜਾਵਾਂਗੇ। ਮੈਂਬਰਾਂ ਨੂੰ ਇੱਕੋ ਇੱਕ ਬੇਨਤੀ ਕਿ 3 ਤਰੀਕ ਨੂੰ ਕਿਰਪਾ ਕਰਕੇ ਆਪਣੇ ਆਈਡੈਂਟੀ ਕਾਰਡ ਜਿਹੜੇ ਐਸੋਸੀਏਸ਼ਨ ਨੇ ਤੁਹਾਨੂੰ ਜਾਰੀ ਕੀਤੇ ਨੇ ਕਿਸੇ ਵੀ ਟਾਈਮ ਦੇ ਹੋਣ, ਉਹ ਨਾਲ ਲੈ ਕੇ ਆਉਣ। ਸਵੇਰੇ ਸਵੇਰੇ ਆ ਕੇ ਵੋਟ ਪਾਓ। ਸਾਰਾ ਦਿਨ ਜੋ ਅੱਜ ਇੰਨਾ ਹਜ਼ੂਮ ਨਜ਼ਰ ਆ ਰਿਹਾ, ਮੇਰੇ ਖਿਆਲ ਜੇ ਇਹਦੀ ਗਿਣਤੀ ਕਰ ਲਈ ਜਾਵੇ ਤਾਂ ਰਿਜ਼ਲਟ ਆ ਜਾਏਗਾ। ਫਿਰ ਵੀ ਉਸ ਦਿਨ ਸਵੇਰੇ ਆ ਕੇ ਆਪਣੀਆਂ ਆਪਣੇ ਸਾਥੀਆਂ ਦੀ ਵੋਟਾਂ ਪਵਾਓ, ਨਤੀਜਾ 2 ਸਾਲ ਵਾਸਤੇ ਸਾਹਮਣੇ ਲੈ ਕੇ ਆਓ। ਲੁਧਿਆਣਾ ਤੋਂ ਗੁਰਮੀਤ ਨਿੱਜਰ ਦੇ ਨਾਲ ਅਮਨਦੀਪ ਦੀ ਰਿਪੋਰਟ, ਫੋਕਸ .ਪੰਜਾਬੀ, ਯੂਅਰ ਸਿਟੀ, ਯੂਅਰ ਨਿਊਜ਼।